ਦੇਖ ਰਹੇ ਹੋ ਵੀ ਬਜ਼ੁਰਗ ਨੇ ਹੱਥਾਂ ਵਿੱਚ ਇੱਕ ਬੋਰਡ ਫੜਿਆ ਹੋਇਆ ਵਾ ਜਿਸ 'ਤੇ ਲਿਖਿਆ ਵੀ ਮੈਂ ਮਿਹਨਤ ਕਰਕੇ ਰੋਜ਼ੀ ਰੋਟੀ ਚਲਾਉਣਾ ਚਾਹੁੰਦਾ ਹਾਂ। ਬਾਬਾ ਜੀ ਤੁਹਾਡੀ ਉਮਰ 90 ਸਾਲ ਦੀ ਹੋ ਚੁੱਕੀ ਆ ਕਿ ਲੱਗਦਾ ਨਹੀਂ ਅਜਿਹੀ ਉਮਰ ਵਿੱਚ ਆਰਾਮ ਕਰਨਾ ਚਾਹੀਦਾ ਵਾ, ਤੁਸੀਂ ਮਿਹਨਤ ਕਰਕੇ ਕਰ ਰਹੇ ਹੋ? ਇਹਦੇ ਬਾਰੇ ਤੁਹਾਨੂੰ ਮੈਂ ਦੱਸਾਂ ਵੀ ਕੋਈ ਘਰਾਂ ਦੀਆਂ ਮਜ਼ਬੂਰੀਆਂ ਬੜੀਆਂ, ਜਦੋਂ ਢਿੱਡ 'ਚ ਪੀੜ ਹੋਏ ਹਾਏ ਜ਼ਰੂਰ ਨਿਕਲ ਜਾਂਦੀ ਆ, ਪਰ ਜਦੋਂ ਕੋਈ ਸਹਾਰਾ ਨਾ ਦਿੱਤੇ ਤਾਂ ਫਿਰ ਇੱਕੋ ਸਹਾਰਾ ਲੈਣਾ ਪੈਂਦਾ ਕਲਗੀਆਂ ਵਾਲੇ ਦਾ। ਬਾਬਾ ਜੀ ਜਿਹੜੇ ਪੈਕਟ ਨੇ ਫੁੱਲਵੜੀਆਂ ਦੇ, ਇਹ ਕਿੰਨੇ ਦਾ ਪੈਕਟ ਲਿਆਉਂਦੇ ਜੀ, ਕਿੱਥੋਂ ਲਿਆ ਕੇ ਵੇਚਦੇ ਜੀ? ਇੱਥੇ ਇਸ ਮੁਹੱਲੇ 'ਚ ਹੀ ਵੇਚੇ ਆ, ਬਾਕੀ ਜੋ ਮਾਲਕ ਮੇਰੀ ਝੋਲੀ ਪਾ ਦਿੰਦਾ ਮੈਂ ਸ਼ੁਕਰ ਪਰ ਕਰਕੇ ਕਰ ਲੈ ਜਾਂਦਾ। ਬੰਦਾ ਸਾਰੀ ਉਮਰ ਬਾਲ ਬੱਚਿਆਂ ਵਾਸਤੇ ਕਰਦਾ, ਪਰ ਜਦੋਂ ਬੁਢਾਪਾ ਹੁੰਦਾ ਵਾ ਸੋਚਦਾ ਵੀ ਸ਼ਾਇਦ ਬੁੱਢੇ ਹੋਵਾਂਗੇ ਅਤੇ ਬੱਚਾ ਸਾਨੂੰ ਖਾਊਗਾ, ਪਰ ਉਸੇ ਬੱਚੇ ਨਾਲ ਤੁਹਾਨੂੰ ਘਰੋਂ ਕੱਢ ਦਿੱਤਾ ਵਾ, ਤੁਸੀਂ ਕਿਰਾਏ 'ਤੇ ਮਕਾਨ ਰਹਿ ਰਹੇ ਹੋ, ਅਤੇ ਦੁੱਖ ਨਹੀਂ ਲੱਗਦਾ ਇਸ ਚੀਜ਼ ਨੂੰ ਲੈ ਕੇ? ਜੇ ਬੱਚੇ ਦੀ ਬੁੱਧੀ ਆਪਣੀ ਹੋਵੇ ਅਤੇ ਮਾਂ ਬਾਪ ਵਾਲਕ ਇਹ ਕਦੀ ਕਦਮ ਨਹੀਂ ਕਰਦਾ, ਬੁੱਧੀ ਉਹਦੀ ਆਪਣੀ ਮੱਤ ਮਾਰੀ ਆ। ਜੇ ਅਕਲ ਵਾਲਾ ਹੁੰਦਾ ਮਾਂ ਨੂੰ ਮਾਂ ਵੇਖੇ, ਪਿਓ ਨੂੰ ਪਿਓ ਵੇਖੇ, ਉਹਨੂੰ ਨਹੀਂ ਸਾਲ ਇੰਨਾ ਚਿਰ ਹੋ ਗਿਆ ਮੇਰਾ ਪਿਓ ਕਿੱਥੇ ਆ, ਮੇਰੀ ਮਾਂ ਕਿੱਥੇ ਆ। ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੰਮ੍ਰਿਤਸਰ ਦੇ ਖੰਡੇ ਵਾਲੇ ਚੌਂਕ ਦੀਆਂ, ਅਜੀਤ ਨਗਰ ਦੀਆਂ, ਜਿੱਥੇ ਕਿ ਇੱਕ ਬਜ਼ੁਰਗ ਜਿਹੜਾ ਕਿ 90 ਸਾਲ ਦੀ ਇਹਨਾਂ ਦੀ ਉਮਰ ਆ, ਤੁਸੀਂ ਦੇਖ ਰਹੇ ਹੋ ਤਸਵੀਰਾਂ ਵਿੱਚ, ਇਹ ਜਿਹੜਾ ਕਿ 90 ਸਾਲਾਂ ਦਾ ਬਜ਼ੁਰਗ ਪਾਪੜ ਵੜੀਆਂ ਜਿਹੜਾ ਕਿ ਇੱਕ ਫੁੱਟਪਾਥ 'ਤੇ ਵੇਚ ਰਿਹਾ ਵਾ ਪਿਛਲੇ ਕਈ ਸਾਲਾਂ ਤੋਂ। ਤੁਸੀਂ ਦੇਖ ਰਹੇ ਹੋ ਹਾਲਾਤ, ਇੰਨੀ ਗਰਮੀ ਪੈ ਰਹੀ ਆ ਪਰ ਫਿਰ ਵੀ ਜਿਹੜੇ ਬਜ਼ੁਰਗ ਨੇ ਮਿਹਨਤ ਕਰਕੇ ਖਾ ਰਹੇ ਨੇ, ਆਪਣੇ ਪਰਿਵਾਰ ਦਾ ਪੇਟ ਪਾ ਰਹੇ ਨੇ। ਤੁਸੀਂ ਦੇਖ ਰਹੇ ਹੋ ਵੀ ਬਜ਼ੁਰਗ ਨੇ ਹੱਥਾਂ ਵਿੱਚ ਇੱਕ ਬੋਰਡ ਫੜਿਆ ਹੋਇਆ ਵਾ ਜਿਸ 'ਤੇ ਲਿਖਿਆ ਵੀ ਮੈਂ ਮਿਹਨਤ ਕਰਕੇ ਰੋਜ਼ੀ ਰੋਟੀ ਚਲਾਉਣਾ ਚਾਹੁੰਦਾ ਹਾਂ ਅਤੇ ਗਰੀਬ ਵੀ ਸੁਣੂਗਾ ਅਤੇ ਰੱਬ ਵੀ ਤੁਹਾਡੀ ਸੁਣੂਗਾ। ਤੁਸੀਂ ਦੇਖ ਰਹੇ ਹੋ ਹੱਥਾਂ ਵਿੱਚ ਬਜ਼ੁਰਗ ਨੇ ਬੋਰਡ ਫੜਿਆ ਹੋਇਆ ਵਾ ਅਤੇ ਰਾਹਗੀਰ ਜਿਹੜੇ ਵੀ ਇੱਥੇ ਆਉਂਦੇ ਨੇ ਇਹਨਾਂ ਬਜ਼ੁਰਗਾਂ ਕੋਲ ਸਮਾਨ ਵੀ ਲੈ ਕੇ ਜਾਂਦੇ ਨੇ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਪੁੱਛਾਂਗੇ ਵੀ ਇਹ ਬਜ਼ੁਰਗਾਂ ਦੀ ਹਾਲਾਤ ਕੀ ਨੇ, ਕੀ ਐਡੀ ਮਜ਼ਬੂਰੀ ਪੈ ਗਈ ਵੀ ਇਹਨੇ ਉਮਰ ਵਿੱਚ ਜਿਹੜਾ ਕਿ ਉਹਨਾਂ ਨੇ ਕੰਮ ਕਰਨਾ ਪੈਂਦਿਆ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਾਬਾ ਜੀ ਨਾਲ। ਬਾਬਾ ਜੀ ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਬੁਗਾ ਸਿੰਘ। ਅਤੇ ਬਾਬਾ ਜੀ ਕਿੰਨੇ ਸਾਲ ਤੋਂ ਇੱਥੇ ਬੈਠੇ ਜੀ, ਜਿਹੜਾ ਸਮਾਨ ਵੇਚ ਰਹੇ ਬਣਾ ਕੇ? ਇੱਥੇ ਸਾਲ ਹੋ ਗਿਆ, ਬਾਕੀ ਬੜੇ ਚਿਰ ਤੋਂ ਬਣ ਲਿਆ ਬਸ ਸਾਰੇ ਗਾਉਣਾ ਹੈ ਇਲਾਕਾ, ਬਾਕੀ ਮਹਾਰਾਜ ਦੀ ਕਿਰਪਾ ਹੋਈ ਆ ਇੱਥੇ ਬੈਠ ਕੇ ਰੋਟੀ ਖਾਣ ਲੱਗਾ। ਬਾਬਾ ਜੀ ਤੁਹਾਡੀ ਉਮਰ 90 ਸਾਲ ਦੀ ਹੋ ਚੁੱਕੀ ਆ ਕਿ ਲੱਗਦਾ ਨਹੀਂ ਅਜਿਹੀ ਉਮਰ ਵਿੱਚ ਆਰਾਮ ਕਰਨਾ ਚਾਹੀਦਾ ਵਾ, ਤੁਸੀਂ ਮਿਹਨਤ ਕਰਕੇ ਕਰ ਰਹੇ ਹੋ? ਇਹਦੇ ਬਾਰੇ ਤੁਹਾਨੂੰ ਮੈਂ ਦੱਸਾਂ ਵੀ ਕੋਈ ਘਰਾਂ ਦੀਆਂ ਮਜ਼ਬੂਰੀਆਂ ਬੜੀਆਂ, ਜਦੋਂ ਢਿੱਡ 'ਚ ਪੀੜ ਹੋਏ ਹਾਏ ਜ਼ਰੂਰ ਨਿਕਲ ਜਾਂਦੀ ਆ, ਪਰ ਜਦੋਂ ਕੋਈ ਸਹਾਰਾ ਨਾ ਦਿੱਤੇ ਤਾਂ ਫਿਰ ਇੱਕੋ ਸਹਾਰਾ ਲੈਣਾ ਪੈਂਦਾ ਕਲਗੀਆਂ ਵਾਲੇ ਦਾ। ਉਹਦੇ ਵਰਗਾ ਮੈਂ ਦੁਨੀਆਂ 'ਤੇ ਨਹੀਂ ਦੇਖਿਆ, ਚਾਰੇ ਕੂੰਜਾਂ ਫਿਰ ਲਈਆਂ, ਇੱਕੋ ਸਹਾਰਾ ਮੈਨੂੰ ਦਿੱਸਿਆ ਕਲਗੀਆਂ ਵਾਲਾ ਦਿੱਸਿਆ, ਪੱਲਾ ਫੜ ਲਿਆ ਉਹਦਾ, ਸ਼ੁਕਰੀਆ ਅਦਾ ਕਰਦਾ ਉਹਦਾ ਜਿਹਨੇ ਮੈਨੂੰ ਡਿੱਗੇ ਦੀ ਬਾਂਹ ਫੜੀ। ਬਾਬਾ ਜੀ ਮਜ਼ਬੂਰੀ ਕੀ ਹੈ ਅਜਿਹੀ ਵੀ ਤੁਹਾਨੂੰ ਇਸ ਉਮਰ ਵਿੱਚ ਵੀ ਤੁਹਾਨੂੰ ਇੱਥੇ ਦੇਖਿਆ ਵੀ ਧੁੱਪੇ ਬੈਠੇ ਜੇ ਇੱਥੇ ਤਾਂ ਬਹਿਣਾ ਔਖਾ ਆਇਆ ਵਾ, ਅਤੇ ਕੀ ਮਜ਼ਬੂਰੀ ਕੀ ਪੈ ਗਈ ਘਰ ਦੀ ਜਿਹੜੇ ਕਿ ਤੁਹਾਨੂੰ ਇੱਥੇ ਬਹਿ ਕੇ ਸਮਾਨ ਵੇਚਣਾ ਪੈ ਰਿਹਾ? ਜਦੋਂ ਕੋਈ ਸਹਾਰਾ ਨਹੀਂ ਦਿੱਸਿਆ ਤਾਂ ਮੈਦਾਨ ਦੇ ਵਿੱਚ ਆਉਣਾ ਪੈਂਦਾ, ਭੁੱਖਾ ਮਰਦਿਆਂ ਨੰਗਿਆਂ ਰਹਿੰਦਿਆਂ ਆਪੇ ਮਜ਼ਬੂਰ ਹੋ ਕੇ ਬੰਦਾ ਨੱਚਦਾ। ਬਾਬਾ ਜੀ ਦੱਸੋ, ਬਾਬਾ ਜੀ ਪਰਿਵਾਰ ਦੀ ਗੱਲ ਕਰੀਏ, ਪਰਿਵਾਰ ਵਿੱਚ ਕੌਣ ਕੌਣ ਆ, ਪਰਿਵਾਰ ਦੇ ਕਿੰਨੇ ਜੀਅ ਨੇ? ਪਰਿਵਾਰ ਇਹ ਦੋ ਜੀਅ ਆ, ਉਹ ਆਪਣਾ ਇੱਕ ਜਿਹੜਾ ਮੁੰਡਾ ਉਹ ਆਪਣੀ ਕਮਾਉਂਦਾ ਖਾਂਦਾ, ਨਾ ਹੀ ਕਿਸੇ ਕੋਲ ਲੈਣਾ
ਨਾ ਦੇਣਾ, ਇੱਕੋ ਸਾਰਾ ਕਲਗੀਆਂ ਵਾਲਾ ਦੇ ਦੇਗਾ ਤਾਂ ਖਾ ਲਾਂਗੇ, ਨਹੀਂ ਤਾਂ ਕੋਈ ਬੈਠੇ ਅਰਮਾਨ ਨਾਲ ਦੇਗਾ ਜ਼ਰੂਰ। ਜੇ ਉਹ ਕੀੜੀ ਨੂੰ ਰੋਟੀ ਦਿੰਦਾ ਤਾਂ ਮੈਨੂੰ ਕਿਉਂ ਨਹੀਂ ਦੇਗਾ? ਜੇ ਉਹ ਗੁਰਦੁਆ ਆਪਣੇ ਪੱਠਾ ਸਾਹਿਬ ਬਿੱਲੀ ਦੇ ਬੱਚੇ ਬਚਾ ਸਕਦੇ ਤਾਂ ਅਸੀਂ ਤਾਂ ਫਿਰ ਉਹਦੇ ਪੁੱਤਰ ਹਾਂ, ਉਹ ਕਿਉਂ ਨਹੀਂ ਸਹਾਰਾ ਦੇਗਾ? ਮਨ ਬੜਾ ਵੱਡਾ, ਆਖਰੀ ਦਮ ਤੱਕ ਜਿੱਦਾਂ ਕਹਿੰਦੇ ਨੇ ਪੀਆ ਮਿਲਦੀ ਆਸ, ਹੈਂ, ਜਿੰਨਾ ਚਿਰ ਪੀਆ ਨਾ ਮਿਲੇਗਾ ਉਹਨਾਂ ਚਿਰ ਸਹਾਰਾ ਕਿੱਦਾਂ ਮਿਲੇਗਾ? ਬਿਲਕੁਲ ਜੀ, ਤੁਸੀਂ ਦੇਖ ਰਹੇ ਹੋ ਤਸਵੀਰਾਂ ਵਿੱਚ ਇਹ ਜਿਹੜੇ ਬਜ਼ੁਰਗ ਨੇ 90 ਸਾਲ ਦੀ ਉਮਰ ਹੋ ਚੁੱਕੀ ਹੈ ਬਾਬਾ ਜੀ ਦੀ, ਪਰ ਫਿਰ ਵੀ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾ ਰਹੇ ਨੇ। ਤੁਸੀਂ ਦੇਖ ਰਹੇ ਹੋ ਵੀ ਇਹ ਜਿਹੜੇ ਪੈਕਟ ਨੇ ਬਾਬਾ ਜੀ ਫੁੱਲ ਵੜੀਆਂ ਜਿਹੜੀਆਂ ਉਹ ਪੈਕ ਕਰਕੇ ਵੇਚ ਰਹੇ ਨੇ। ਬਾਬਾ ਜੀ ਇਹ ਜਿਹੜੇ ਪੈਕਟ ਨੇ ਫੁੱਲ ਵੜੀਆਂ ਦੇ, ਇਹ ਕਿੰਨੇ ਦਾ ਪੈਕਟ ਲਿਆਉਂਦੇ ਜੀ, ਕਿੱਥੋਂ ਲਿਆ ਕੇ ਵੇਚਦੇ ਨੇ? ਇੱਥੇ ਇਸ ਮੁਹੱਲੇ 'ਚ ਹੀ ਵੇਚੇ ਆ, ਬਾਕੀ ਜੋ ਮਾਲਕ ਮੇਰੀ ਝੋਲੀ ਪਾ ਦਿੰਦਾ ਮੈਂ ਸ਼ੁਕਰ ਪਾਰਕ ਕਰਕੇ ਘਰ ਲੈ ਜਾਂਦਾ। ਕਿੰਨੇ ਦਾ ਪੈਕਟ ਹੈ ਇਹ? ਮੈਂ 10 ਰੁਪਏ ਦਾ ਵੇਚਦਾ, ਬਾਕੀ ਜੋ ਮਾਲਕ ਦੇ ਵਾਸਤੇ ਜਿੰਨਾ ਘਾਟਾ ਵਾਧਾ ਤੇਰਾ ਤੇਰਾ ਤੋਲਣ ਵਾਲਾ ਹਿਸਾਬ ਹੈ ਉਹਦੀਆਂ ਉਹ ਹੀ ਜਾਣੇ। ਬਾਬਾ ਜੀ 10-10 ਰੁਪਏ ਦੇ ਪੈਕਟ ਦੇ ਨਾਲ ਸ਼ਾਮ ਨੂੰ ਜੋ ਘਰ ਜਾਂਦੇ ਉਹ ਦਿਹਾੜੀ ਪੈ ਜਾਂਦੀ ਆ, ਪਰਿਵਾਰ ਦਾ ਗੁਜ਼ਾਰਾ ਹੋ ਜਾਂਦਾ ਨਾਲ? ਉਹ ਕਲਗੀ ਵਾਲਾ ਪੂਰਾ ਕਰਦਾ, ਮੈਨੂੰ ਨਹੀਂ ਪਤਾ ਵੀ ਕੌਣ ਕਰਦਾ ਕੌਣ ਨਹੀਂ ਕਰਦਾ, ਮੈਨੂੰ ਉਹੋ ਹੀ ਦੇਖਦਾ ਕਲਗੀ ਜਿੱਧਰ ਝਾਤੀ ਮਾਰਾਂ ਕਲਗੀਆਂ ਵਾਲਾ ਨਜ਼ਰ ਆਵੇ, ਹੋਰ ਕੋਈ ਮੈਨੂੰ ਕੋਈ ਚੀਜ਼ ਨਜ਼ਰ ਨਹੀਂ ਆਉਂਦਾ। ਜਿੱਥੇ ਵੇਖਿਆ ਮੈਂ ਉਹ ਸਹਾਰਾ ਮੇਰਾ ਬਣਿਆ। ਅਤੇ ਮੈਨੂੰ ਦੱਸੋ ਬਾਬਾ ਜੀ, ਅਸੀਂ ਦੇਖਿਆ ਵੀ ਜਿਹੜਾ ਤੁਸੀਂ ਹੱਥ 'ਚ ਬੋਰਡ ਫੜਿਆ ਹੋਇਆ ਵਾ, ਇਹ ਜਿਹੜਾ ਬੋਰਡ ਤੁਸੀਂ ਆਪ ਲਿਖਿਆ ਜਾਂ ਕਿਹਨੇ ਲਿਖਿਆ? ਤੁਹਾਨੂੰ ਪਤਾ ਕੀ ਲਿਖਿਆ ਉੱਤੇ? ਇਹ ਇੱਕ ਕੰਨਿਆ ਆਈ ਸੀ, ਫੁੱਲਵੜੀ ਇੱਕ ਲਈ ਆ, ਫੁੱਲਵੜੀ ਲੈ ਕੇ ਦੂਜੇ ਤੀਜੇ ਦਿਨ ਆਈ ਆ, ਆਣ ਕੇ ਕਹਿੰਦੀ ਬੋਰਡ ਆਪੇ ਲਿਖ ਕੇ ਲਿਆਈ ਆ, ਪਤਾ ਨਹੀਂ ਕਿੱਦਾਂ ਲਿਖਿਆ ਕਿੱਦਾਂ ਨਹੀਂ। ਆਣ ਕੇ ਕਹਿੰਦੀ ਬਾਪੂ ਜੀ ਜਿਹਨੂੰ ਤੁਸੀਂ ਯਾਦ ਕਰਦੇ ਹੋ ਉਹ ਆੜ ਸਹਾਰਾ ਮੈਨੂੰ ਆੜ ਖਲੋਤੇ ਆ, ਅਤੇ ਮੈਂ ਬੋਰਡ ਹਿਸਾਬ ਨਾਲ ਲਿਖ ਕੇ ਤੁਹਾਡੇ ਇੱਥੇ ਛੱਡੀ, ਤੁਹਾਨੂੰ ਬੈਠਿਆ ਰੋਟੀ ਮਾਲਕ ਦਏਗਾ, ਬਾਕੀ ਮਾਲਕ ਨੇ ਮੈਨੂੰ ਰੋਟੀ ਦਿੱਤੀ ਆ, ਮੈਂ ਇੱਥੋਂ ਹੁਣ ਸਾਲ ਹੋ ਗਿਆ ਬਹਿ ਕੇ ਰੋਟੀ ਖਾਂਦਾ, ਮਾਲਕ ਭੇਜਦਾ ਮੈਂ ਖਾ ਲੈਂਦਾ। ਅਤੇ ਬਾਬਾ ਜੀ ਦੁੱਖ ਨਹੀਂ ਲੱਗਦਾ ਵੀ ਇੱਕੋ ਪੋਤਿਆ ਉਹ ਵੀ ਜਿਹੜਾ ਕਿ ਤੁਹਾਡੇ ਨਾਲ ਹੀ ਰਹਿ ਰਿਹਾ, ਬੰਦਾ ਸਾਰੀ ਉਮਰ ਬਾਲ ਬੱਚਿਆਂ ਵਾਸਤੇ ਕਰਦਾ ਪਰ ਜਦੋਂ ਬੁਢਾਪਾ ਹੁੰਦਾ ਵਾ ਸੋਚਦਾ ਵੀ ਸ਼ਾਇਦ ਬੁੱਢੇ ਹੋਵਾਂਗੇ ਅਤੇ ਬੱਚਾ ਸਾਨੂੰ ਖਾਊਗਾ, ਪਰ ਉਸੇ ਬੱਚੇ ਨਾਲ ਤੁਹਾਨੂੰ ਘਰੋਂ ਕੱਢ ਦਿੱਤਾ ਵਾ, ਤੁਸੀਂ ਕਿਰਾਏ 'ਤੇ ਮਕਾਨ ਰਹਿ ਰਹੇ ਹੋ, ਅਤੇ ਦੁੱਖ ਨਹੀਂ ਲੱਗਦਾ ਇਸ ਚੀਜ਼ ਨੂੰ ਲੈ ਕੇ? ਜੇ ਬੱਚੇ ਦੀ ਬੁੱਧੀ ਆਪਣੀ ਹੋਵੇ ਅਤੇ ਮਾਂ ਬਾਪ ਵਾਲਕ ਇਹ ਕਦੀ ਕਦਮ ਨਹੀਂ ਕਰਦਾ, ਬੁੱਧੀ ਉਹਦੀ ਆਪਣੀ ਮੱਤ ਮਾਰੀ ਆ। ਜੇ ਅਕਲ ਵਾਲਾ ਹੁੰਦਾ ਮਾਂ ਨੂੰ ਮਾਂ ਵੇਖੇ ਪਿਓ ਨੂੰ ਪਿਓ ਵੇਖੇ, ਉਹਨੂੰ ਨਹੀਂ ਸਾਲ ਇੰਨਾ ਚਿਰ ਹੋ ਗਿਆ ਮੇਰਾ ਪਿਓ ਕਿੱਥੇ ਆ ਮੇਰੀ ਮਾਂ ਕਿੱਥੇ ਆ, ਧੁੱਪੇ ਵਿਹਲੇ ਛਾਵੇਂ ਵਿਹਲੇ ਰੋਟੀ ਖਾਧੀ ਕਿ ਨਹੀਂ ਖਾਧੀ, ਇਹ ਉਹਨੂੰ ਦਰਦ ਹੋਣਾ ਚਾਹੀਦਾ ਸੀ। ਪਰ ਸਾਨੂੰ ਹੁਣ ਆਪਣੇ ਮਾਲਕ 'ਤੇ ਭਰੋਸਾ, ਮੈਂ ਇੱਕ ਕਰਜ਼ੇ 'ਤੇ ਕਿਸੇ 'ਤੇ ਭਰੋਸਾ ਨਹੀਂ ਕਰਦਾ ਜਿੰਨਾ ਮੈਨੂੰ ਉਹ ਬਾਪ 'ਤੇ ਭਰੋਸਾ। ਮੈਨੂੰ ਇਸ ਤੋਂ ਬਾਬਾ ਜੀ ਜਦੋਂ ਬੱਚਾ ਨਹੀਂ ਸੀ ਹੋਇਆ ਉਦੋਂ ਕਿੰਨੇ ਕੁ ਮੱਥੇ ਟੇਕੇ ਸੀ ਜਾਂ ਕਿੰਨੀਆਂ ਕੁ ਅਰਦਾਸਾਂ ਕੀਤੀਆਂ ਸੀ ਧੀਆਂ ਪੁੱਤਾਂ ਵਾਸਤੇ ਵੀ ਰੱਬਾ ਇੱਕ ਪੁੱਤ ਦੇ, ਪਰ ਇੱਕ ਪੁੱਤ ਵੀ ਜੋ ਦਿੱਤਾ ਰੱਬ ਨੇ ਉਹ ਵੀ ਪੁੱਤ ਨੇ ਸਾਥ ਦਿੱਤਾ, ਕੀ ਲੱਗਦਾ ਨਹੀਂ ਫਿਰ ਰੱਬ ਨਾਲ ਕਿਤੇ ਨਾਰਾਜ਼ ਹੁੰਦੀ ਪਰਮਾਤਮਾ ਕਿਤੇ? ਮੇਰੀ ਮਾਂ ਉਹ ਜੀ ਨਾਰਾਜ਼ ਗਈ ਨਹੀਂ, ਇਹ ਆਪੋ ਆਪਣੀ ਬੁੱਧੀ ਆ, ਜੇ ਅਸੀਂ ਸਿੱਧੇ ਛੱਡ ਕੇ ਜਾਵਾਂਗੇ ਤਾਂ ਕਦੀ ਖਤਾ ਨਹੀਂ ਖਾਵਾਂਗੇ, ਜਦੋਂ ਵਿੰਗੇ ਪਾਸੇ ਜਾਵਾਂਗੇ ਗੋਤੇ ਖਾਵਾਂਗੇ, ਜੇ ਅਸੀਂ ਮਾਂ ਪਿਓ ਨੂੰ ਨਹੀਂ ਮੰਨਾਂਗੇ ਤਾਂ ਕਿੱਦਾਂ ਹਾਂਜੀ ਉਹ ਸਾਜ਼ਾ ਕਰੇਗਾ ਬਈ? ਮੈਨੂੰ ਦੱਸੋ, ਜੇ ਮਾਂ ਦੀ ਸੇਵਾ ਨਹੀਂ ਕਰਾਂਗਾ ਪਿਓ ਦੀ ਸੇਵਾ ਨਹੀਂ ਕਰਾਂਗੇ, ਅਸੀਂ ਫਿਰ ਪੁੱਤ ਕਹਾਉਣ ਦੇ ਹੱਕਦਾਰ ਹੈਗੇ ਆ। ਬਾਬਾ ਜੀ ਕੀ ਦੇਖਦੇ ਹੋ? ਅਸੀਂ ਦੇਖਿਆ ਵੀ ਜਿਹੜੇ ਬੱਚੇ ਜਿੰਦੇ ਜੀ ਮਾਂ ਬਾਪ ਦੀ ਸੇਵਾ ਨਹੀਂ ਕਰਦੇ ਅਤੇ ਜਦੋਂ ਮਾਂ ਬਾਪ ਦੁਨੀਆਂ ਚੱਲ ਜਾਂਦੇ ਨੇ, ਅਸੀਂ ਦੇਖਿਆ ਉਹਨਾਂ ਦੇ ਯਾਦ ਵਿੱਚ ਕੋਈ ਲੰਗਰ ਲਾਉਣੇ ਸ਼ੁਰੂ ਕਰ ਦਿੰਦਾ, ਕੋਈ ਦਾਨ ਪੁੰਨ ਕਰਨਾ ਸ਼ੁਰੂ ਕਰ ਦਿੰਦਾ, ਪਰ ਜਦੋਂ ਮਾਂ ਪਿਓ ਜੀਂਦੇ ਹੁੰਦੇ ਨੇ ਉਹ ਜਿੰਦੇ ਜੀ ਤਾਂ ਉਹਨਾਂ ਦੀ ਮੱਤ ਨਹੀਂ ਕਰਦੇ, ਨਾ ਹੀ ਉਹਨਾਂ ਨੂੰ ਆਪਣੇ ਕੋਲ ਰੱਖਦੇ ਨੇ, ਕੀ ਕਹਿਣਾ ਚਾਹੋਗੇ? ਦੇਖੋ ਮੈਂ ਤਾਂ ਇੱਕੋ ਗੱਲ ਦੱਸੀ ਆ,
ਜੈਸਾ ਬਾਪ ਵੈਸਾ ਬੇਟਾ, ਜੈਸੀ ਮਾਂ ਵੈਸਾ ਪੁੱਤ। ਸਮਝੇ ਨਾ, ਜੇ ਮਾਂ ਚ ਪਿਓ ਚੱਜਦਾ ਹੋਏਗਾ ਤਾਂ ਬੇਟੇ ਵੀ ਚੱਜਦੇ ਹੋਣਗੇ, ਜਾਂ ਮਾਂ ਚੱਜਦੀ ਗਏ ਬੱਚੇ ਵੀ ਚੱਜਦੇ ਹੋਣਗੇ। ਇਹ ਪਿਓ ਤਾਂ ਸਾਰਾ ਸਹਾਰਾ ਹੁੰਦਾ ਹੈ। ਜਿੱਦਾਂ ਹੁਣ ਮੇਰਾ ਮਾਲਕ ਕਲਗੀਆ ਵਾਲਾ ਤਾਂ ਮੈਨੂੰ ਸਾਰ ਦਿੰਦਾ, ਮੈਨੂੰ ਦੂਜਾ ਪਿਓ ਕਹਿਣ ਦੀ ਲੋੜ ਕੀ ਹੈ। ਬਿਲਕੁਲ ਜੀ, ਤੁਸੀਂ ਦੇਖ ਰਹੇ ਹੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਜਿਹੜੇ ਕਿ ਬਾਬਾ ਜੀ ਮਿਹਨਤ ਕਰ ਰਹੇ ਨੇ, ਮਿਹਨਤ ਕਰਕੇ ਪਰਿਵਾਰ ਨਾਲ ਪੇੜ ਪਾਲਦੇ ਨੇ। ਇੰਨੀ ਗਰਮੀ ਵਿੱਚ ਬੈਠੇ ਨੇ, ਤੁਸੀਂ ਦੇਖ ਰਹੇ ਹੋ ਵੀ ਸਾਡੇ ਕੋਲ ਖੁਦ ਨਹੀਂ ਬੈਠਾ ਜਾ ਰਿਹਾ, ਫੁੱਟਪਾਥ 'ਤੇ ਬੈਠੇ ਨੇ, ਪਰ ਫਿਰ ਵੀ ਬਾਬਾ ਜੀ 10-10 ਰੁਪਏ ਦੇ ਜਿਹੜੇ ਕਿ ਇਹਨਾਂ ਦੀਆਂ ਫੁੱਲ ਬੜੀਆਂ ਵੇਚ ਰਹੇ ਨੇ, ਜਿਹੜਾ ਘਿਓਰਾ ਕੀ ਰਹਿੰਦਾ ਵਾ। ਸਾਡੇ ਵੀ ਦਰਸ਼ਕਾਂ ਨੂੰ ਅਪੀਲ ਆ, ਅੰਮ੍ਰਿਤਸਰ ਅਜੀਤ ਨਗਰ ਖੰਡਿਆ ਚੌਂਕ ਇਹਨਾਂ ਦੀ ਆ ਕੇ ਮਦਦ ਜ਼ਰੂਰ ਕਰਿਆ ਕਰੋ, ਜਾ ਕੇ ਅਜਿਹੇ ਇਨਸਾਨ ਦੇ ਕੋਲ ਕੋਈ ਨਾ ਕੋਈ ਸਮਾਨ ਜ਼ਰੂਰ ਲਿਆ ਕਰੋ, ਕਿਉਂਕਿ ਪਰਿਵਾਰ ਦਾ ਗੁਜ਼ਾਰਾ ਹੁੰਦਾ ਵਾ। ਦੋਵੇਂ ਜੀ ਜਿਹੜੇ ਕਿ ਮੀਆਂ ਬੀਵੀ ਇਸ ਖਰਚੇ ਨਾਲ ਹੀ ਜਿਹੜੇ ਸਮਾਨ ਦੇ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ। ਤੁਸੀਂ ਦੇਖਿਆ ਬਾਬਾ ਜੀ ਨੇ ਦੁੱਖ ਲੱਗਾ ਵੀ ਉਹਨਾਂ ਇੱਕੋ ਪੁੱਤ ਸੀ ਪਰਮਾਤਮਾ ਅਰਦਾਸਾਂ ਕਰਕੇ ਲਿਆ ਸੀ ਰੱਬ ਕੋਲੋਂ, ਪਰ ਉਹ ਵੀ ਪੁੱਤ ਜਿਹੜਾ ਸਾਥ ਦਿੱਤਾ, ਜਿਵੇਂ ਬਾਬਾ ਜੀ ਕਹਿ ਰਹੇ ਨੇ ਵੀ ਉਹਨਾਂ ਨੇ ਉਹਨੂੰ ਘਰੋਂ ਪੁੱਤ ਨੇ ਕੱਢ ਦਿੱਤਾ ਵਾ, ਅਤੇ ਦੋਵੇਂ ਜੀ ਜਿਹੜੇ ਕਿ ਕਿਰਾਏ 'ਤੇ ਰਹਿ ਰਹੇ ਨੇ। ਇਸ ਕਰਕੇ ਜਦੋਂ ਵੀ ਕਿਤੇ ਅੰਮ੍ਰਿਤਸਰ ਆਓ, ਇਸ ਕਰਕੇ ਅਜਿਹੇ ਬਜ਼ੁਰਗਾਂ ਦਾ ਜਿਹੜਾ ਕਿ ਅੰਮ੍ਰਿਤਸਰ ਖੰਡੇ ਵਾਲਾ ਚੌਂਕ ਆ, ਉੱਥੇ ਆ ਕੇ ਇਹਨਾਂ ਦੀ ਮਦਦ ਜ਼ਰੂਰ ਕਰਿਆ ਕਰੋ। ਮਦਦ ਵਾਲਾ ਕੋਈ ਨਾ ਕੋਈ ਸਮਾਨ ਜ਼ਰੂਰ ਲਿਆ ਕਰੋ ਤਾਂ ਜੋ ਕਿ ਜਿਹੜੇ ਹਾਲਾਤ ਚੰਗੇ ਹੋ ਸਕਣ। ਅਤੇ ਹੁਣ ਗੱਲਬਾਤ ਕਰਾਂਗੇ ਜਿਹੜੇ ਉਹ ਇਨਸਾਨ ਨੇ ਜਿਹੜੇ ਕਿ ਲੋਕ ਇੱਥੇ ਆਏ ਨੇ ਅਤੇ ਵੱਧ ਚੜ ਕੇ ਇੱਥੋਂ ਬਜ਼ੁਰਗਾਂ ਕੋਲ ਸਮਾਨ ਵੀ ਲਿਆ ਵਾ, ਉਹਨਾਂ ਨਾਲ ਗੱਲਬਾਤ ਕਰਦੇ ਵੀਰ ਦੇ ਨਾਲ। ਹਾਂਜੀ ਵੀਰ ਜੀ, ਕੀ ਨਾਮ ਜੀ ਤੁਹਾਡਾ? ਵੀਰ ਜੀ ਮੇਰਾ ਨਾਮ ਪ੍ਰਦੀਪ ਸਿੰਘ ਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਧੰਨਵਾਦ ਤੁਹਾਡੇ ਚੈਨਲ ਦਾ, ਜਿਹੜੇ ਇਸ ਬਜ਼ੁਰਗਾਂ ਦੀ ਆਵਾਜ਼ ਘਰ ਘਰ ਤੱਕ ਪਹੁੰਚਾ ਰਹੇ ਜੇ, ਇਸ ਲਈ ਤੁਹਾਡਾ ਸਭ ਤੋਂ ਪਹਿਲਾਂ ਧੰਨਵਾਦ। ਵੀਰ ਜੀ, ਕਿਸ ਤਰ੍ਹਾਂ ਪਤਾ ਲੱਗਾ ਬਾਬਾ ਜੀ ਦਾ ਵੀ ਇੱਥੇ ਇਸ ਰੋਡ 'ਤੇ ਬੈਠੇ ਨੇ? ਕਿੰਨੇ ਸਮੇਂ ਤੋਂ ਬੈਠੇ ਨੇ ਬਾਬਾ ਜੀ? ਇਹ ਬਾਪੂ ਜੀ ਪਹਿਲਾਂ ਨਾ ਤੁਰ ਫਿਰ ਕੇ ਵੇਚਦੇ ਹੁੰਦੇ ਸੀ, ਬਹੁਤ ਜ਼ਿਆਦਾ ਮਿਹਨਤ ਪੈਂਦੀ ਸੀ, ਤੁਰ ਕੇ ਸਾਰਾ ਸ਼ਹਿਰ ਤੁਰਨਾ ਬੜਾ ਔਖਾ ਹੈ ਇੰਨੀ ਗਰਮੀ ਦੇ ਵਿੱਚ। ਅਤੇ ਫਿਰ ਇਹਨਾਂ ਨੇ ਇਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਣੇ ਘਰ ਦੇ ਬਾਹਰ ਜੇ ਐਸ ਕਈ ਸਾਹਿਬ ਦਾ ਧੰਨਵਾਦ ਇਹਨਾਂ ਨੇ ਆਪਣੀ ਕੋਠੀ ਦੇ ਬਾਹਰ ਬੈਠਣ ਦਿੱਤਾ ਵਾ। ਅੱਜ ਕੱਲ੍ਹ ਤੁਹਾਨੂੰ ਪਤਾ ਜ਼ਮਾਨਾ ਕਿੱਦਾਂ ਦਾ, ਕੋਈ ਬੈਠਣ ਨਹੀਂ ਦਿੰਦਾ। ਅਤੇ ਬਾਕੀ ਤੁਸੀਂ ਗੱਲ ਕੀਤੀ ਸੁਣਿਆ ਬਾਪੂ ਜੀ ਨਾਲ, ਮੇਰੇ ਦਿਮਾਗ ਦੇ ਵਿੱਚ ਆਇਆ, ਜੀਵਤ ਪਿੱਤਰ ਨਾ ਮਾਨੇ ਕਹੁ ਮੂਹੇ ਸਰਾਧ ਕਰਾਏ, ਜੀਵਤ ਪਿੱਤਰ ਨਾ ਮਾਨੇ ਕਹੁ ਮੂਹੇ ਸਰਾਧ ਕਰਾਏ, ਬਾਣੀ 'ਚ ਲਿਖਿਆ ਵਾ ਕਿ ਵੇਖੋ ਜਿਉਂਦਿਆਂ ਜੀ ਮਾਤਾ ਪਿਤਾ ਨੂੰ ਨਹੀਂ ਸਾਹਮਣਾ ਅਤੇ ਮਰਨ ਤੋਂ ਬਾਅਦ ਸਰਾਧ ਕਰਾਉਣੇ, ਗੁਰਬਾਣੀ 'ਚ ਸੱਚਾਈ ਲਿਖੀ ਆ। ਇੱਕ ਪੰਕਤੀ ਆਉਂਦੀ ਆ, ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁੱਖ ਸਿਉਂ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਵੇਖੋ ਜਦੋਂ ਸੁੱਖ ਹੁੰਦੇ ਆ ਸਾਰੇ ਬੱਚੇ ਲਾਗੇ ਲੱਗਦੇ ਆ, ਹੁਣ ਦਿਨ ਮਾੜੇ ਆਏ ਅਤੇ ਬੱਚੇ ਵੀ ਸਾਥ ਛੱਡ ਗਏ ਆ। ਇਸ ਤੋਂ ਇਲਾਵਾ ਕੁਛ ਹੋਰ? ਅਤੇ ਮੈਨੂੰ ਇਹ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਗੇ ਆਪਣੇ ਵੱਲੋਂ, ਜਿਹੜੇ ਵੀ ਦਰਸ਼ਕ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਦੇਸ਼ਾਂ ਦੇਸ਼ਾਂ ਤਾਂ ਜਿਹੜੇ ਲੋਕ ਅੰਮ੍ਰਿਤਸਰ 'ਚ ਰਹਿੰਦੇ ਨੇ, ਕੀ ਸੁਨੇਹਾ ਦੇਣਾ ਚਾਹੁੰਗੇ? ਸੁਨੇਹਾ ਇਹ ਦੇਣਾ ਚਾਹਾਂਗੇ, ਦੇਖੋ ਅੱਜ ਕੱਲ੍ਹ ਬੱਚੇ ਨੂੰ 100 ਰੁਪਈਏ ਦਈਏ ਤਾਂ ਮਿੰਟ ਦੇ ਵਿੱਚ ਉਡਾ ਆਉਂਦਾ, ਅਤੇ ਉਹਨਾਂ ਨੂੰ ਬੱਚਿਆਂ ਨੂੰ ਪੈਸੇ ਦਿਓ, ਉਹਨਾਂ ਦੇ ਹੱਥੀਂ ਆ ਕੇ ਬਾਪੂ ਜੀ ਕੋ ਆਹ ਸਮਾਨ ਖਰੀਦਣਾ ਚਾਹੀਦਾ, ਨਾਲੇ ਅਤੇ ਪੁੰਨ ਅਤੇ ਨਾਲੇ ਫਲੀਆਂ ਦੋਵੇਂ ਕੰਮ ਇਕੱਠੇ ਹੋ ਜਾਣਗੇ। ਅਤੇ ਐਨ ਆਰ ਆਈ ਵੀਰਾਂ ਨੂੰ ਮੇਰੀ ਬੇਨਤੀ ਆ ਕਿ ਇੱਦਾਂ ਦੇ ਗਰੀਬ ਸਿੱਖਾਂ ਦੀ ਬਾਂਹ ਫੜੀ ਜਾਵੇ, ਲੰਗਰ ਲਾਉਣੇ ਵੀ ਜ਼ਰੂਰੀ ਨੇ, ਚਲੋ ਉਹ ਲਾਉਣ ਜੀ ਸਦਕੇ ਲਾਉਣ ਮੁਬਾਰਕ ਆ, ਪਰ ਆਪਣੇ ਜਿਹੜੇ ਗਰੀਬ ਸਿੱਖ ਆ ਜਿਨ੍ਹਾਂ ਦੀ ਬਾਂਹ ਕੋਈ ਨਹੀਂ ਫੜਦਾ, ਉਹਨਾਂ ਦੀ ਬਾਂਹ ਵੀ ਫੜੀ ਜਾਵੇ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਇਹ ਜਿਹੜੇ ਅੰਮ੍ਰਿਤਸਰ ਦੇ ਲੋਕ ਜਿਹੜੇ ਕਿ ਇੱਥੇ ਬਾਬਾ ਜੀ ਦੇ ਕੋਲ ਫੁੱਲਵੜੀਆਂ ਵਾਸਤੇ ਲੈਣ ਵਾਸਤੇ ਆਏ ਨੇ, ਅਤੇ ਨਾਲ ਹੀ ਬਾਬਾ ਜੀ ਦੀ ਜਿਹੜੀ ਕਿ ਮਦਦ ਕਰਨ ਵਾਸਤੇ ਆਏ ਨੇ। ਅਤੇ ਤੁਸੀਂ ਦੇਖ ਲਓ ਵੀ ਬਾਬਾ ਜੀ 10-10 ਰੁਪਏ ਦੀ ਜਿਹੜੀ ਕਿ ਫੁੱਲਵੜੀਆਂ ਵੇਚਦੇ ਆ, ਤੁਸੀਂ ਦੇਖਿਆ ਵੀ ਨੌਜਵਾਨ ਵੀ ਆਇਆ ਵਾ, ਉਹਨਾਂ ਦੀ ਮਦਦ ਕਰਕੇ ਗਿਆ ਵਾ। ਅਤੇ ਇਸੇ ਤਰ੍ਹਾਂ ਜਿਹੜੇ ਲੋਕ ਆਉਂਦੇ ਨੇ ਬਾਬਾ ਜੀ ਦੀ ਜਿਹੜੀ ਕਿ ਵੱਧ ਤੋਂ ਵੱਧ ਮਦਦ ਕਰ ਰਹੇ ਨੇ, ਇਸ ਕਰਕੇ ਅਸੀਂ ਦੁੱਖ ਲੱਗਾ ਉਹਨੂੰ, ਆਪਣੇ ਪਰਿਵਾਰ ਆਪਣੇ ਬੇਟੇ ਦਾ ਵੀ ਇੱਕ ਬੇਟਾ ਵਾ, ਉਹ ਵੀ ਜਿਹੜਾ ਕਿ ਇਲਾਜ ਜਿਹੜੀ ਕੋਈ ਚੰਗੀ ਨਹੀਂ ਨਿਕਲੀ, ਬਾਬਾ ਜੀ ਨੇ ਮੂੰਹ ਦੱਸਿਆ ਵੀ ਇਲਾਜ ਨੇ ਇਸ ਅਜਿਹਾ ਪਛਾਣ ਕੀਤਾ ਵੀ ਅੱਜ ਬਾਬਾ ਜੀ ਜਿਹੜੇ ਕਿ ਸੜਕ 'ਤੇ ਆ ਗਏ ਨੇ। ਤੁਸੀਂ ਦੇਖਿਆ ਵੀ ਉਹਨਾਂ ਕਹਿਣਾ ਵੀ ਦੋਵਾਂ ਜੀ ਜਿਹੜਾ ਕਿ ਕੱਢ ਦਿੱਤਾ ਗਿਆ ਵਾ, ਅਤੇ ਲੋਕ ਨੇ ਵੱਧ ਚੜ ਕੇ ਇੱਥੇ ਮਦਦ ਵੀ ਕਰ ਰਹੇ ਨੇ। ਪਰ ਸਾਡੀ ਦਰਸ਼ਕਾਂ ਨੂੰ ਅਪੀਲ ਆ ਵੀ ਅਜਿਹੇ ਲੋਕਾਂ ਕੋਲ ਆ ਕੇ ਸਮਾਨ ਜ਼ਰੂਰ ਲਿਆ ਕਰੋ, ਸਮਾਨ ਦੇ ਲਾਇਨ ਦੇ ਨਾਲ ਅਜਿਹਾ ਲੋਕਾਂ ਦਾ ਜਿਹੜਾ ਕਿ ਹੌਸਲਾ ਜੀ ਹੁੰਦੀ ਆ।
ਮੈਨੂੰ ਦਿਓ ਜਾਤ, ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਅੰਮ੍ਰਿਤਸਰ ਤੋਂ।